ਗੱਡੀ ਆਈ, ਮਤਲਬ ਉਹਦੀਆਂ ਲਾਈਟਾਂ ਪਈਆਂ ਸਰ, ਮੈਨੂੰ ਧੁੰਦ ਕਾਫੀ ਸੀਗੀ, ਉਹ ਮੇਰੇ ਵੱਲ ਨੂੰ ਸਿੱਧੀ ਆ ਰਹੀ ਸੀਗੀ ਗੱਡੀ। ਅਗਰ ਜੇ ਮੈਂ ਸਿੱਧਾ ਜਾਂਦਾ ਤਾਂ ਸਾਡੀ ਆਹਮੋ ਸਾਹਮਣੇ ਟੱਕਰ ਹੋ ਜਾਣੀ ਸੀ। ਉਹਨੂੰ ਬਚਾਉਣ ਦੀ ਖਾਤਰ ਮੈਂ ਇੱਧਰ ਨੂੰ ਕੱਟ ਮਾਰੀ ਤਾਂ ਸਰ ਮੇਰੀ ਗੱਡੀ ਜਾ ਕੇ, ਮਤਲਬ ਇੱਕ ਬੁਰਜੀ ਸੀਗੀ, ਕੰਧ ਸੀਗੀ, ਉਹਦੇ ਨਾਲ ਟੱਕਰ ਹੋ ਗਈ। ਮੇਰਾ ਟਾਇਰ ਪਾੜ ਕੇ ਦੋਵੇਂ, ਗੱਡੀ ਦਾ ਹਿੱਸਾ ਵੱਖਰਾ ਹੋ ਗਿਆ ਤਾਂ ਗੱਡੀ ਪਲਟ ਗਈ। ਮੇਰਾ ਨੁਕਸਾਨ ਵੀ ਹੋ ਗਿਆ, ਮੇਰੀ ਗੱਡੀ ਵੀ ਸਰ ਠੇਕੇ 'ਤੇ ਲਈ ਹੋਈ ਆ, ਪਹਿਲਾਂ ਹੀ ਚੱਕਰ ਸੀਗਾ ਮੇਰਾ। ਸੰਘਣੀ ਧੁੰਦ ਦੇ ਕਾਰਨ ਸੂਬੇ ਅੰਦਰ ਲਗਾਤਾਰ ਸੜਕੀ ਹਾਦਸੇ ਵਧਦੇ ਹੋਏ ਨਜ਼ਰ ਆ ਰਹੇ ਨੇ। ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਹਲਕਾ ਗੁਰੂ ਹਰ ਸਹਾਇ ਤੋਂ ਸਾਹਮਣੇ ਆਇਆ ਹੈ, ਜਿੱਥੇ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਸੰਘਣੀ ਧੁੰਦ ਦੇ ਕਾਰਨ ਕਿੰਨੂਆਂ ਨਾਲ ਭਰਿਆ ਹੋਇਆ ਟਰੱਕ ਮੁੱਦਾ ਹੋ ਗਿਆ ਤੇ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਟਰੱਕ ਡਰਾਈਵਰ ਨੇ ਦੱਸਿਆ ਕਿ ਉਸਦਾ ਪਹਿਲਾ ਗੇੜਾ ਸੀ, ਉਸਨੇ ਠੇਕੇ ਦੇ ਉੱਤੇ ਇੱਕ ਗੱਡੀ ਲਈ ਸੀ। ਉਸਨੇ ਕਿਹਾ ਕਿ ਸਾਹਮਣੇ ਤੋਂ ਆ ਰਹੀ ਇੱਕ ਗੱਡੀ ਵਾਲੇ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਉਸਦਾ ਟਰੱਕ ਪਲਟ ਗਿਆ ਅਤੇ ਕਿੰਨੂਆਂ ਦਾ ਲੱਖਾਂ ਰੁਪਇਆਂ ਦਾ ਨੁਕਸਾਨ ਹੋ ਗਿਆ, ਜਿਸਦਾ ਉਸਨੂੰ ਖੁਦ ਨੂੰ ਇਹ ਹਰਜਾਨਾ ਭਰਨਾ ਪਵੇਗਾ। ਜਿਹੜੀ ਇਹ ਘਟਨਾ ਵਾਪਰੀ ਹੈ, ਟਰਾਲਾ ਮੁੱਧਾ ਹੋਇਆ ਪਿਆ, ਕੀ ਕਹਿਣਾ ਚਾਹੁੰਦੇ ਹੋ, ਕਿਵੇਂ ਹੋਇਆ ਹੈ, ਸਾਰੀ ਡਿਟੇਲ ਦੱਸੋ। ਸਰ ਮੈਂ ਅੰਬੋਰ ਤੋਂ ਟਰਾਲਾ ਲੋਡ ਕਰਕੇ ਕਿੰਨੂਆਂ ਦਾ ਆ ਰਿਹਾ ਸੀਗਾ ਅਤੇ ਜਦ ਮੈਂ ਫਿਰੋਜ਼ਪੁਰ ਵਾਲੀ ਸਾਈਡ ਨੂੰ ਜਾ ਰਿਹਾ ਸੀ ਤਾਂ ਅੱਗਿਓਂ ਇੱਕ ਗੱਡੀ ਆਈ, ਮਤਲਬ ਉਹਦੀਆਂ ਲਾਈਟਾਂ ਪਈਆਂ ਸਰ, ਮੈਨੂੰ ਧੁੰਦ ਕਾਫੀ ਸੀਗੀ, ਉਹ ਮੇਰੇ ਵੱਲ ਨੂੰ ਸਿੱਧੀ ਆ ਰਹੀ ਸੀਗੀ ਗੱਡੀ। ਅਗਰ ਜੇ ਮੈਂ ਸਿੱਧਾ ਜਾਂਦਾ ਤਾਂ ਸਾਡੀ ਆਹਮੋ ਸਾਹਮਣੇ ਟੱਕਰ ਹੋ ਜਾਣੀ ਸੀ। ਉਹਨੂੰ ਬਚਾਉਣ ਦੀ ਖਾਤਰ ਮੈਂ ਇੱਧਰ ਨੂੰ ਕੱਟ ਮਾਰੀ ਤਾਂ ਸਰ ਮੇਰੀ ਗੱਡੀ ਜਾ ਕੇ, ਮਤਲਬ ਇੱਕ ਬੁਰਜੀ ਸੀਗੀ, ਕੰਧ ਸੀਗੀ, ਉਹਦੇ ਨਾਲ ਟੱਕਰ ਹੋ ਗਈ। ਮੇਰਾ ਟਾਇਰ ਪਾੜ ਕੇ ਦੋਵੇਂ, ਗੱਡੀ ਦਾ ਹਿੱਸਾ ਵੱਖਰਾ ਹੋ ਗਿਆ ਤਾਂ ਗੱਡੀ ਪਲਟ ਗਈ। ਮੇਰਾ ਨੁਕਸਾਨ ਵੀ ਹੋ ਗਿਆ, ਮੇਰੀ ਗੱਡੀ ਵੀ ਸਰ ਠੇਕੇ 'ਤੇ ਲਈ ਹੋਈ ਆ, ਪਹਿਲਾਂ ਹੀ ਚੱਕਰ ਸੀਗਾ ਮੇਰਾ। ਜ਼ਿਆਦਾ ਨੁਕਸਾਨ ਹੋਇਆ, ਵਪਾਰੀ ਮੇਰਾ ਨੁਕਸਾਨ ਜਿਹੜਾ ਆ ਕਿ ਤੈਨੂੰ ਭਰਨਾ ਪੈਣਾ ਆ। ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡੇ ਹਿਸਾਬ ਨਾਲ? ਸਰ ਮੇਰਾ ਘੱਟੋ ਘੱਟ ਵੀ ਸਰ 1.5 ਤੋਂ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਸਰ। ਹੁਣ ਜਿਹੜੀ ਆ ਕਿੰਨੂ ਨੇ ਨਵੀਂ ਗੱਡੀ ਆ ਰਹੀ ਹੈ ਕੋਈ? ਹਾਂਜੀ ਸਰ, ਉਹਨਾਂ ਨੇ ਨਵੀਂ ਗੱਡੀ ਮਤਲਬ ਭੇਜੀ ਆ ਕਿੰਨੂਆਂ ਵਾਸਤੇ, ਜਿੰਨੇ ਕੁ ਬਚੇ ਆ ਉਹ ਕਿੰਨੂ ਉਹ 'ਚ ਜਾਣ ਕੇ ਜੋ ਬਾਕੀ ਮਤਲਬ ਖਰਾਬ ਹੋ ਗਏ ਉਹ ਨੁਕਸਾਨ ਮੈਨੂੰ ਪੇ ਕਰਨਾ ਪਵੇਗਾ। ਉਹ ਤੁਹਾਡੇ ਪੇਟੇ ਪਏਗਾ ਸਾਰਾ? ਸਾਰਾ ਸਰ ਮੇਰੇ ਪੇਟੇ ਪਊਗਾ। ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ? ਸਰ ਮੈਂ ਮਤਲਬ ਹੈਗਾ ਜੀ ਅੰਮ੍ਰਿਤਸਰ ਜ਼ਿਲ੍ਹਾ ਮਹਿਤੇ ਪਿੰਡ ਦਾ ਰਹਿਣ ਵਾਲਾ। ਨਾਮ ਕੀ ਤੁਹਾਡਾ? ਮੇਰਾ ਨਾਮ ਰਵਿੰਦਰ ਸਿੰਘ ਹੈ। ਟਰੱਕ ਡਰਾਈਵਰ ਦਾ ਕਹਿਣਾ ਹੈ ਕਿ ਉਸਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਤੇ ਠੇਕੇ ਤੇ ਉਸਨੇ ਗੱਡੀ ਲਈ ਸੀ ਤੇ ਪਹਿਲਾਂ ਹੀ ਗੇੜਾ ਲਗਾਉਣ ਚੱਲਿਆ ਸੀ, ਪਰ ਸੰਘਣੀ ਧੁੰਦ ਦੇ ਕਾਰਨ ਇਹ ਸੜਕ ਹਾਦਸਾ ਵਾਪਰਿਆ ਤੇ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ, ਪੰਜਾਬੀ ਲੋਕ ਚੈਨਲ।